ਸਤ ਸ੍ਰੀ ਅਕਾਲ ਜੀ ਨਵੀਂ ਤੇ ਇੰਟਰਸਟਿੰਗ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਇਆ ਜੀ ਇਹ ਸੱਭਿਆਚਾਰ ਦੇ ਝਰੋਕੇ ਚ ਲੈ ਕੇ ਆਇਆ ਜੀ ਇੱਕ ਤੁਹਾਡੇ ਲਈ ਇਹ ਜੋ ਤੁਸੀਂ ਦੇਖ ਰਹੇ ਹੋ ਖੂਹ ਆ ਜੀ ਕਾਰੇ ਕਹਿਣਗੇ ਆਵੇਂ ਹੋਊਗਾ ਪਰ ਇਹ ਖਾਸ ਖੂਹ ਆ ਕਿਉਂਕਿ ਇਹ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਖੂਹ ਆ ਜੋ ਕਹਿੰਦੇ ਆ ਜੀ ਬਾਬੇ ਨਾਨਕ ਦੇ ਟਾਈਮ ਤੇ ਚੱਲਦੀਆਂ ਸੀ ਉਹ ਇੱਟਾਂ ਨਿ ਛੋਟੀਆਂ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਖੂਹ ਆ ਜੀ ਆਵੇਂ ਹੁਣ ਸੁੱਕ ਚੁੱਕਾ ਆ ਪਰ ਫੇਰ ਵੀ ਇਹ ਖਾਸ ਆ ਕਿਉਂਕਿ ਇਹਦੀ ਪਿੰਡ ਵਾਲਿਆਂ ਨੇ ਸੰਭਾਲਿਆ ਹੋਇਆ ਮੌਣ-ਮੂਣ ਬਣਾਈ ਹੋਈ ਆ ਉੱਤੇ gekeੜੀ ਲੱਗੀਆਂ ਆ ਜਿਹਦੇ ਉੱਤੇ ਰੱਸਾ ਪਾ ਕੇ ਕਿਸ ਟਾਈਮ ਇਹਦੇ ਵਿੱਚੋਂ ਪਾਣੀ ਕੱਢਦੇ ਸੀ ਚੱਲਦੇ ਸੀ ਹੁਣ ਤੋਂ ਪਾਣੀ ਡੂੰਘੇ ਹੋ ਗਿਆ ਦੋ ਦੋ ਸੌ ਫੁੱਟ ਹੋ ਗਿਆ ਇਸ ਕਰਕੇ ਸੁੱਕਿਆ ਹੋਇਆ ਜੀ ਪਲੀਜ਼ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ